ਸਤਿ ਸ੍ਰੀ ਅਕਾਲ ਜੀ। ਆਪਣੇ ਸਿਹਤ ਮੰਤਰੀ ਨੇ ਪੰਜਾਬ ਦੇ ਨੇ ਬੀਸੀ ਨੂੰ ਮਾੜਾ ਜਿਹਾ ਬਿੜ ਤੇ ਲੰਮਾ ਕੀ ਪਾਇਆ। ਵਿਰੋਧੀਆਂ ਦੇ ਤਾਂ ਐਂ ਚਲੂਣੇ ਲੜਨ ਲੱਗ ਗਏ ਵੀ ਇੱਜ਼ਤ ਨਹੀਂ ਕਰਦੇ, ਉਹ ਫਲਾਨਾ ਨਹੀਂ ਕਰਦੇ, ਉਹ ਢਮਕਾਨਾ ਨਹੀਂ ਕਰਦੇ। ਜਿਹੜੇ ਗਰੀਬ ਲੋਕ ਉੱਥੇ ਇਲਾਜ ਕਰਾਉਣ ਆਉਂਦੇ ਆ ਉਹਨਾਂ ਦੀ ਕੋਈ ਇੱਜ਼ਤ ਨਹੀਂ? ਉਹ ਬੇਇੱਜ਼ਤ ਤੁਰੇ ਫਿਰਦੇ ਆ, ਜਿਨ੍ਹਾਂ ਨੂੰ ਜਲੀਲ ਕੀਤਾ ਜਾਂਦਾ, ਸੜੇ ਹੋਏ ਗੱਦਿਆਂ ਤੇ ਪਾਇਆ ਜਾਂਦਾ, ਸੜੇ ਹੋਏ ਬਿੱਡਾਂ ਤੇ ਪਾਇਆ ਜਾਂਦਾ। ਅੱਜ ਬੀਸੀ ਨੂੰ ਪਾਤਾ ਜੀ, ਉਹਦੇ ਨਾਲ ਉਹਦੀ ਰੈਪੂਟੇਸ਼ਨ ਖਰਾਬ ਹੋ ਗਈ, ਅਸਤੀਫੇ ਦਿੰਦੇ ਫਿਰਦੇ ਇਹ। ਹੱਦ ਕਰੀ ਜਾਂਦੇ ਹੋ ਯਾਰ ਇਹਨਾਂ ਨੂੰ ਸਾਰਿਆਂ ਨੂੰ। ਭਗਵੰਤ ਮਾਨ ਜੀ, ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਆ, ਇਹਨਾਂ ਦੀ ਜਾਇਦਾਦ ਦੀ ਜਾਂਚ ਕਰਵਾਓ। ਇਹਨਾਂ ਦੀ ਸਾਰਿਆਂ ਦੀ, ਜਿੰਨੇ ਇਹ ਮੈਡੀਕਲ ਅਫਸਰ ਆ ਨਾ, ਇਹਨਾਂ ਦੀ ਸਭ ਦੀ ਜਾਂਚ ਕਰਵਾਓ ਤੇ ਚੁੱਪ ਕਰਕੇ ਨਾ ਲੰਮੇ ਪਾਓ। ਐਵੀ ਖਾਮ ਖਾਈ ਵੀ ਗੱਲ ਆ, ਕੋਈ ਕਿੰਨਾ ਵਧੀਆ ਕੰਮ ਕੀਤਾ ਉਹਨੇ, ਪਾਇਆ ਇੱਥੇ ਲੰਮਾ, ਤਬਕਾ ਮਾਰ ਕੇ ਪਾਇਆ, ਬਹੁਤ ਵਧੀਆ ਗੱਲ ਆ ਇਹ, ਬਹੁਤ ਵਧੀਆ ਕੰਮ ਕੀਤਾ। ਮੈਂ ਸਲਾਮ ਕਰਦਾ ਸਿਹਤ ਮੰਤਰੀ ਨੂੰ ਵੀ ਬਹੁਤ ਵਧੀਆ ਜੀ ਤੁਸੀਂ ਕੰਮ ਕੀਤਾ। ਜਲੂਸ ਕੱਢਿਆ ਪਿਆ ਹਸਪਤਾਲਾਂ ਦਾ, ਲੱਖਾਂ ਰੁਪਈਆ ਖਾ ਜਾਂਦੇ ਆ ਮਹੀਨਿਆਂ ਦਾ, ਕਰੋੜਾਂ ਰੁਪਈਆ ਖਾ ਜਾਂਦੇ ਆ ਸਾਲਾਂ ਦਾ ਇਹ। ਜਿਹੜੀ ਆਮ ਲੋਕਾਂ ਨੂੰ ਦਵਾਈ ਆਉਣੀ, ਅੱਗੇ ਇਹਨਾਂ ਦੇ ਮੰਤਰੀ ਅਕਾਲੀਆਂ ਕਾਂਗਰਸੀਆਂ ਦੇ ਖਾਈ ਗਏ, ਨਾਲੇ ਡਾਕਟਰ ਰਲੇ ਹੋਏ ਸੀਗੇ, ਹੁਣ ਇਹਨਾਂ ਦੇ ਲੜਦੇ ਆ ਚਲਾਉਣੇ, ਹੁਣ ਇਹਨਾਂ ਨੂੰ ਹੋਈ ਆ ਤਕਲੀਫ, ਨਾਲ ਇਹਨਾਂ ਦੇ ਜਿਹੜੇ ਪੁਰਾਣੇ ਲੀਡਰ ਸੀ ਉਹਨਾਂ ਨੂੰ ਵੀ ਹੁੰਦੀ ਆ, ਤੇ ਨਾਲ ਇਹਨਾਂ ਦੇ ਜਿਹੜੇ ਬੀਸੀ ਵਗੈਰਾ ਲੱਗੇ ਹੋਏ ਸੀ ਉਹਨਾਂ ਨੂੰ ਵੀ ਹੋ ਰਹੀ ਆ। ਵੀ ਹਾਂਜੀ ਹਾਂ, ਤੁਸੀਂ ਸਿਹਤ ਮੰਤਰੀ ਦੀ ਇੱਜ਼ਤ ਨਹੀਂ ਕੀਤੀ, ਫਲਾਨਾ ਨੇ ਕੀਤਾ, ਕਹਿੰਦੇ ਤਿੰਨ ਚਾਰ ਡਾਕਟਰਾਂ ਨੇ ਹੋਰਾਂ ਨੇ ਅਸਤੀਫੇ ਦਿੱਤੇ। ਡਰ ਇਹਨਾਂ ਨੂੰ ਛਿੱਤਰਾਂ ਦਾ ਵਾ ਵੀ ਸਾਡੇ ਤੇ ਪਰਚੇ ਦਰਜ ਹੋਣੇ ਆ, ਹੁਣ ਅਸਤੀਫੇ ਤਾਂ ਦਿੰਦੇ ਆ ਵੀ ਅਸਤੀਫਾ ਦੇ ਕੇ ਚੁੱਪ ਕਰਕੇ ਦੇ ਦੂ, ਛੱਡ ਕੇ ਨਿਕਲ ਜਾਈਏ ਕਿਸੇ ਪਾਸੇ ਵੀ, ਕਿਉਂਕਿ ਪਰਚੇ ਇਹਨਾਂ ਦੇ ਹੋਣੇ ਆ ਤੇ ਜੇਲ੍ਹ ਇਹਨਾਂ ਨੇ ਜਾਣਾ ਹੀ ਜਾਣਾ ਵਾ। ਪੰਜਾਬ ਜਿਹੜਾ ਖਾਧਾ ਇਹਨਾਂ ਨੇ ਨਾ ਯਾਰ, ਮੰਨਿਆ ਵੀ ਚਲੋ ਕੋਈ ਗੱਲ ਨੀ, ਲੀਡਰ ਅਨਪੜ੍ਹ ਲੀਡਰ ਹੁੰਦੇ ਆ, ਦਸ ਪੜ੍ਹੇ ਅੱਠ ਪੜ੍ਹੇ ਬਿਲਕੁਲ ਅਨਪੜ੍ਹ ਵੀ ਲੀਡਰ ਆ ਪੰਜਾਬ ਦੇ ਵਿੱਚ। ਬਾਦਲ ਨੇ ਇੱਕ ਟਾਈਮ ਇਹੋ ਜਿਹਾ ਸੀਗਾ, ਤੋਤਾ ਸਿੰਘ ਸਿੱਖਿਆ ਮੰਤਰੀ ਬਣਾਤਾ ਸੀ, ਜਿਹੜਾ ਜਮਾ ਹੀ ਅੰਗੂਠਾ ਸਾਹਿਬ ਬੰਦਾ ਸੀਗਾ, ਉਹਨੂੰ ਸਿੱਖਿਆ ਮੰਤਰੀ ਲਾਇਆ ਹੋਇਆ ਸੀਗਾ। ਯਾਰ ਡਾਕਟਰ ਤਾਂ ਪੜ੍ਹ ਲਿਖ ਕੇ ਬਣਦੇ ਆ, ਡਾਕਟਰ ਤਾਂ ਨੀ ਅਨਪੜ੍ਹ ਬਣਦੇ, ਇਹਨਾਂ ਨੂੰ ਤਾਂ ਪਤਾ ਵਾ ਵੀ ਲੋਕਾਂ ਦੀ ਸਿਹਤ ਨਾਲ ਕਿਵੇਂ ਕਿਉਂ ਖਿਲਵਾੜ ਕਰਦੇ ਆ ਅਸੀਂ, ਕਿਉਂ ਲੋਕਾਂ ਨੂੰ ਇੰਨਾ ਜਲੀਲ ਕਰਦੇ ਆ, ਉਹਨਾਂ ਨੂੰ ਹਸਪਤਾਲ ਚ ਆਇਆਂ ਨੂੰ ਕਿਉਂ ਉਹਨਾਂ ਨੂੰ ਪਰੇਸ਼ਾਨ ਕਰਦੇ ਇੰਨਾ। ਇੱਕ ਤਾਂ ਬੰਦਾ ਪਹਿਲਾਂ ਊਂ ਬਿਮਾਰ ਹੁੰਦਾ, ਗਰੀਬ ਬੰਦਾ ਹੀ ਸਰਕਾਰੀ ਹਸਪਤਾਲ ਜਾਂਦਾ, ਅਮੀਰ ਤਾਂ ਜਾਂਦਾ ਨੀਗਾ, ਦੂਜਾ ਨੂੰ ਉੱਥੇ ਗਏ ਨੂੰ ਜਲੀਲ ਕਰਦੇ ਆ। ਸ਼ਰਮ ਦਾ ਘਾਟਾ ਚਾਹੀਦਾ, ਜਿਹੜੇ ਵੀ ਲੋਕ ਬੀਸੀ ਦੇ ਹੱਕ ਦੇ ਵਿੱਚ ਪੋਸਟਾਂ ਪਾ ਰਹੇ ਆ ਨਾ, ਸ਼ਰਮ ਦਾ ਘਾਟਾ ਚਾਹੀਦਾ, ਸ਼ਰਮ ਦਾ ਇਹਨਾਂ ਨੂੰ। ਜਾਂ ਤਾਂ ਇਹ ਜ਼ਰੂਰਤ ਤੋਂ ਜ਼ਿਆਦਾ ਅਮੀਰ ਆ, ਇਹਨਾਂ ਨੂੰ ਗਰੀਬੀ ਬਾਰੇ ਪਤਾ ਨੀਗਾ, ਜਾਂ ਇਹ ਕਦੇ ਸਰਕਾਰੀ ਹਸਪਤਾਲ ਨਹੀਂ ਗਏ ਤਾਂ ਪੋਸਟਾਂ ਪਾ ਰਹੇ ਆ। ਅਕਲ ਨੂੰ ਹੱਥ ਮਾਰੋ ਵੀਰੋ, ਜਿਹੜੇ ਆ ਤੁਸੀਂ ਪੋਸਟਾਂ ਪਾਉਂਦੇ ਨਾ ਬੀਸੀ ਦੇ ਹੱਕ ਦੇ ਵਿੱਚ, ਵੀ ਉਹ ਗਲਤ ਕੀਤਾ ਜੋ ਕੀਤਾ, ਬਹੁਤ ਵਧੀਆ ਕੰਮ ਸੀ। ਜੇ ਇਹੀ ਕੰਮ 25-30 ਸਾਲ 40 ਸਾਲ ਪਹਿਲਾਂ ਕੀਤਾ ਹੁੰਦਾ, ਅੱਜ ਪੰਜਾਬ ਦੀ ਸਿਹਤ ਪ੍ਰਣਾਲੀ ਪੂਰੇ ਵਰਲਡ ਚੋਂ ਨੰਬਰ 1 ਹੋਣੀ ਸੀ, ਜੇ ਇਹੀ 25-30 ਸਾਲ 40 ਸਾਲ ਪਹਿਲਾਂ ਕੰਮ ਕੀਤਾ ਹੁੰਦਾ, ਕਿਸੇ ਨੇ ਲੰਮਾ ਪਾਇਆ ਹੁੰਦਾ ਕਿਸੇ ਬੀਸੀ ਨੂੰ, ਕਿਸੇ ਹੋਰ ਡਾਕਟਰ ਨੂੰ। ਇਸ ਕਰਕੇ ਅਸੀਂ ਸਪੋਰਟ ਕਰਦੇ ਹਾਂ ਪੂਰੀ ਸਿਹਤ ਮੰਤਰੀ ਦਾ, ਬਹੁਤ ਵਧੀਆ ਕੰਮ ਆ ਇਹ। ਇਕੱਲੇ ਨੀ, ਜਿੰਨੇ ਵੀ ਹੋਰ ਇਹ ਚਾਂਸਲਰ ਵਗੈਰਾ ਲੱਗੇ ਹੋਏ ਆ ਨਾ ਡਾਕਟਰ, ਇਹਨਾਂ ਨੂੰ ਸਭ ਨੂੰ ਲੰਮੇ ਪਾਓ ਜੀ। ਧੰਨਵਾਦ।